ਈ ਰਿਕਸ਼ਾ ਦੇਖਦਾ ਹੁੰਦਾ ਸੀ ਚੱਲਦੀਆਂ ਕੋਈ ਖੜਾ ਹੁੰਦਾ ਸੀ ਤਾਂ ਉਹ ਪੁੱਛਦਾ ਰਹਿੰਦਾ ਸੀ ਕਿ ਕਿਸ ਤਰ੍ਹਾਂ ਚੱਲਦੀ ਹੈ ਕਿੰਨੀ ਚੱਲਦੀ ਹੈ ਕਿੰਨੀਆਂ ਬੈਟਰੀਆਂ ਇਹ 'ਚ ਉਹ ਤੋਂ ਮੈਨੂੰ ਆਈਡੀਆ ਹੋਇਆ ਕਿ ਵੀ ਗੱਡੀ ਆਪਣੇ ਵਾਸਤੇ ਬਣਾਈ ਜਾ ਸਕਦੀ ਹੈ ਜੇ ਸਟੀਅਰਿੰਗ ਇਸ ਤਰ੍ਹਾਂ ਦਾ ਨੋਰਮਲ ਸਟੀਅਰਿੰਗ ਹੋਵੇ ਅਤੇ ਵੀਲ ਵੱਡੇ ਹੋਣ ਤਾਂ ਕਿ ਲੁੱਕ ਅੱਛੀ ਹੋਵੇ ਔਰ ਇਹ ਐਸ ਯੂ ਵੀ ਦੀ ਤਰ੍ਹਾਂ ਹੀ ਫੀਲ ਹੁੰਦਾ ਕਿ ਤੁਸੀਂ ਦੇਖ ਰਹੇ ਹੋ ਕਿ ਉੱਚਾ ਕਰਕੇ ਬੈਠਦੇ ਹੋ ਬਿਲਕੁਲ ਐਸ ਯੂ ਵੀ 'ਚ ਵੀ ਇਸ ਤਰ੍ਹਾਂ ਹੀ ਬੈਠਦੇ ਹੋ ਅਤੇ ਉਹ ਫਿਰ ਆਈਡੀਆ ਮੇਰੇ ਮਨ 'ਚ ਆ ਗਿਆ ਇਹ ਗੱਡੀ 1927 ਦੀ ਇੱਕ ਆਸਟਿਨ ਗੱਡੀ ਹੈ ਉਹ ਪੇਪਰ 'ਚ ਆਈ ਸੀ ਟ੍ਰਿਬਿਊਨ 'ਚ ਫੋਟੋ ਮੈਂ ਬੜਾ ਹੈਰਾਨ ਹੋਇਆ ਕਿ ਮੇਰੀ ਗੱਡੀ ਦੀ ਫੋਟੋ ਕਿਸ ਤਰ੍ਹਾਂ ਆ ਗਈ ਬਿਲਕੁਲ ਪਰ ਮੈਂ ਤਾਂ ਦੇਖ ਕੇ ਨਹੀਂ ਉਸ ਬਣਵਾਈ ਸੀ ਲੇਕਿਨ ਬਾਈ ਚਾਂਸ ਛੱਤ ਉਹ ਛੱਤ ਤੋਂ ਬਗੈਰ ਸੀ ਇਹ ਛੱਤ ਦੇ ਨਾਲ ਅਦਰਵਾਈਜ਼ ਬਿਲਕੁਲ ਡਿਟੋ ਇਸ ਤਰ੍ਹਾਂ ਦੀ ਸੀ ਉਹ ਪੈਟਰੋਲ ਨਾਲ ਚੱਲਦੀ ਸੀ ਇਹ ਇਲੈਕਟ੍ਰਿਕ ਕਾਰ ਹੈ ਜਨਾਬ ਸਾਡੀ ਕੀ ਹਿੰਮਤ ਅਸੀਂ ਚਲਾਨ ਨਹੀਂ ਕਰਨਾ ਅਸੀਂ ਤਾਂ ਸਿਰਫ ਸੈਲਫੀ ਲੈਣੀ ਹੈ ਕਈ ਬੰਦਿਆਂ ਨੂੰ ਮੈਂ ਕਹਿ ਦਿੰਦਾ ਆਹ ਚਾਬੀ ਲਾ ਲਾ ਚੱਕਰ ਲਾਇਆ ਨਾ ਵੀ ਆਉਂਦੇ ਆ ਜਦੋਂ ਆਂਟੀ ਜੀ ਨਾਲ ਬੈਠੇ ਅਸੀਂ ਦੇਖਿਆ ਤੁਸੀਂ ਸੀਟ ਖੋਲ੍ਹ ਕੇ ਬਾਰੀ ਖੋਲ੍ਹ ਕੇ ਉਹਨੂੰ ਬਿਠਾਇਆ ਜਿਵੇਂ ਪੁਰਾਣੇ ਫਿਲਮਾਂ 'ਚ ਹੀਰੋ ਹੀਰੋਇਨ ਨੂੰ ਬਿਠਾਉਂਦੇ ਸੀ ਉਸੇ ਤਰ੍ਹਾਂ ਤੁਸੀਂ ਬਿਠਾਇਆ ਅਤੇ ਮੈਨੂੰ ਦੱਸੋ ਜਦੋਂ ਨਾਲ ਤੁਹਾਡੀ ਸੀਟ 'ਤੇ ਬਹਿੰਦੇ ਨੇ ਜਦੋਂ ਬਾਜ਼ਾਰ ਲੰਘਦੇ ਫਿਰ ਲੋਕ ਕਿੰਨਾ ਖਿੱਚ ਦਾ ਕੇਂਦਰ ਹੁੰਦਾ ਲੋਕ ਕਿੰਨੀਆਂ ਕੁ ਤੁਹਾਡੇ ਵੱਲ ਮੁੜ ਮੁੜ ਕੇ ਬਹਿੰਦੇ ਨੇ ਕਿੰਨੇ ਕੁ ਫੋਟੋ ਲਾਉਂਦੇ ਨੇ ਜਦੋਂ ਇਹ ਨਾਲ ਮੇਰੇ ਬੈਠਦੀ ਹੈ ਤਾਂ ਬਹੁਤ ਜ਼ਿਆਦਾ ਖੁਸ਼ ਹੁੰਦੇ ਲੋਕ ਕਿਉਂਕਿ ਉਹ ਸੋਚਦੇ ਆ ਕਿ ਦੋਨੋਂ ਐਲਡਰਲੀ ਬੰਦੇ ਹੈ ਔਰ ਦੇਖੋ ਇੰਜੋਏ ਕਰਦੇ ਆ ਇਸ ਗੱਡੀ 'ਚ ਬੈਠ ਕੇ ਹੈ ਔਰ ਸ਼ੋਪਿੰਗ ਵੀ ਬੈਠੇ ਬੈਠੇ ਕਰਦੇ ਹਾਂ ਅਸੀਂ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੰਮ੍ਰਿਤਸਰ ਦੇ ਉਸ ਬਜ਼ੁਰਗ ਜੋੜੇ ਦੀਆਂ ਜਿਹੜੇ ਅੱਜ ਵੀ ਕਿਤੇ ਜਿੰਦਾ ਦਿਲ ਦੀ ਜਿਹੜੀ ਇੱਕ ਮਿਸਾਲ ਤੁਹਾਨੂੰ ਜਿਹੜੀ ਸਾਹਮਣੇ ਪੇਸ਼ ਕਰ ਰਹੇ ਹਾਂ ਤੁਸੀਂ ਤਸਵੀਰਾਂ ਵਿੱਚ ਵੇਖ ਰਹੇ ਹੋ ਕਿਸ ਤਰ੍ਹਾਂ ਜਿਹੜਾ ਕਿ ਬਜ਼ੁਰਗ ਹੋ ਚੁੱਕੇ ਨੇ 80 ਸਾਲ ਦੀ ਉਮਰ ਹੋ ਚੁੱਕੀ ਹੈ ਅਤੇ 80 ਤੋਂ 86 ਸਾਲ ਦੀ ਉਮਰ ਹੋ ਚੁੱਕੀ ਹੈ ਪਰ ਅੱਜ ਵੀ ਜਿਹੜੇ ਗਏ ਬਜ਼ੁਰਗ ਜੋੜਾ ਇੱਕ ਦੋਵਾਂ ਦਾ ਜਿਹੜਾ ਕਿ ਇੰਨਾ ਕੁ ਪਿਆਰ ਹੈ ਤੁਸੀਂ ਦੇਖ ਸਕਦੇ ਵੀ ਰੋਇਲਸ ਨਾਂ ਦੀ ਜਿਹੜੀ ਗੱਡੀ ਉਹਨਾਂ ਨੇ ਤਿਆਰ ਕਰਵਾਈ ਆ ਅਤੇ ਇਸ ਗੱਡੀ ਦੇ ਵਿੱਚ ਦੋਵੇਂ ਜੀ ਜਿਹੜੇ ਕਿ ਬਾਜ਼ਾਰ ਵੀ ਜਾਂਦੇ ਨੇ ਅਤੇ ਕਾਫੀ ਅੰਮ੍ਰਿਤਸਰ ਦੀਆਂ ਗਲੀਆਂ ਅਤੇ ਅੰਮ੍ਰਿਤਸਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਵਾ ਜਿੱਥੋਂ ਗੱਡੀ ਲੈ ਕੇ ਲੰਘਦੇ ਨੇ ਆਪਣੀਆਂ ਗੱਡੀਆਂ ਲੋਕ ਛੱਡ ਕੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਇਹਨਾਂ ਦੀ ਗੱਡੀਆਂ ਦੀਆਂ ਨਾਲ ਫੋਟੋਆਂ ਲਵਾਉਂਦੇ ਨੇ ਸੈਲਫੀਆਂ ਲਵਾਉਂਦੇ ਨੇ ਅਤੇ ਪੁੱਛਦੇ ਨੇ ਕਿ ਕਿੱਥੋਂ ਗੱਡੀ ਤਿਆਰ ਕਰਾਈ ਆ ਗੱਡੀ ਦੀ ਪਛਾਣ ਕੀ ਆ ਤੁਸੀਂ ਦੇਖ ਸਕਦੇ ਹੋ ਪੁਰਾਣੇ ਜ਼ਮਾਨੇ ਦੀ ਗੱਡੀਆਂ ਹੁੰਦੀਆਂ ਸੀ ਅੰਗਰੇਜ਼ਾਂ ਦੇ ਵੇਲੇ ਦੀਆਂ ਉਸ ਵੇਲੇ ਦੀ ਗੱਡੀ ਜਿਹੜੀ ਕਿ ਤਿਆਰ ਕੀਤੀ ਗਈ ਆ ਅਤੇ ਕਾਫੀ ਖਿੱਚ ਦਾ ਕੇਂਦਰ ਵੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਜਿਹੜੀ ਗੱਡੀ ਆ ਰੋਇਲਸ ਦੇ ਨਾਂ ਦੇ ਜਿਹੜੇ ਕਿ ਇਹਨਾਂ ਨੇ ਨਾਂ ਰੱਖਿਆ ਗਿਆ ਵਾ ਅਤੇ ਗੱਡੀ ਦੀ ਇੰਨੀ ਕੁ ਖਿੱਚ ਦਾ ਕੇਂਦਰ ਆ ਵੀ ਜਿੱਥੋਂ ਵੀ ਲੰਘਦੇ ਨੇ ਲੋਕ ਮਹਿੰਗੀਆਂ ਮਹਿੰਗੀਆਂ ਗੱਡੀਆਂ ਆਪਣੀਆਂ ਛੱਡ ਕੇ ਇਹਨਾਂ ਨਾਲ ਫੋਟੋਆਂ ਲਵਾਉਂਦੇ ਨੇ ਗੱਲਬਾਤ ਕਰਾਂਗੇ ਅੰਕਲ ਜੀ ਦੇ ਨਾਲ ਵੀ ਅੰਕਲ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬੀ ਲੋਕ ਚੈਨਲ 'ਤੇ ਅਭਿਨੇ ਸਿੰਘ ਅੰਕਲ ਜੀ ਨਾਂ ਕੀ ਤੁਹਾਡਾ ਜੀ ਬੀ ਐਮ ਸਿੰਘ ਠੀਕ ਹੈ ਜੀ ਬੜੇ ਲੋਕ ਫੋਟੋਆਂ ਲਾਉਂਦੇ ਨੇ ਕਿੰਨੇ ਕੁ ਖਿੱਚ ਦਾ ਕੇਂਦਰ ਆ ਤੇ ਜਮਾਤ 'ਚ ਕਿਸ ਤਰ੍ਹਾਂ ਆਇਆ ਇਸ ਤਰ੍ਹਾਂ ਗੱਡੀ ਤਿਆਰ ਕੀਤੀ ਜਾਵੇ ਮੈਂ ਈ ਰਿਕਸ਼ਾ ਦੇਖਦਾ ਹੁੰਦਾ ਸੀ ਚੱਲਦੀਆਂ ਕੋਈ ਖੜਾ ਹੁੰਦਾ ਸੀ ਤਾਂ ਪੁੱਛਦਾ ਰਹਿੰਦਾ ਸੀ ਕਿ ਕਿਸ ਤਰ੍ਹਾਂ ਚੱਲਦੀ ਹੈ ਕਿੰਨੀ ਚੱਲਦੀ ਹੈ ਕਿੰਨੀਆਂ ਬੈਟਰੀਆਂ ਇਹ 'ਚ ਉਹ ਤੋਂ ਮੈਨੂੰ ਆਈਡੀਆ ਹੋਇਆ ਕਿ ਵੀ ਗੱਡੀ ਆਪਣੇ ਵਾਸਤੇ ਬਣਾਈ ਜਾ ਸਕਦੀ ਹੈ ਜੇ ਸਟੀਅਰਿੰਗ ਇਸ ਤਰ੍ਹਾਂ ਦਾ ਨੋਰਮਲ ਸਟੀਅਰਿੰਗ ਹੋਵੇ ਅਤੇ ਵੀਲ ਵੱਡੇ ਹੋਣ ਤਾਂ ਕਿ ਲੁੱਕ ਅੱਛੀ ਹੋਵੇ ਔਰ ਇਹ ਐਸ ਯੂ ਵੀ ਦੀ ਤਰ੍ਹਾਂ ਹੀ ਫੀਲ ਹੁੰਦਾ ਕਿ ਤੁਸੀਂ ਦੇਖ ਰਹੇ ਹੋ ਕਿ ਉੱਚਾ ਕਰਕੇ ਬੈਠਦੇ ਹੋ ਬਿਲਕੁਲ ਐਸ ਯੂ ਵੀ 'ਚ ਵੀ ਇਸ ਤਰ੍ਹਾਂ ਹੀ ਬੈਠਦੇ ਹੋ ਅਤੇ ਉਹ ਫਿਰ ਆਈਡੀਆ ਮੇਰੇ ਮਨ 'ਚ ਆ ਗਿਆ ਫਿਰ ਮੈਂ ਕਿਹਾ ਇੱਕ ਮੇਰੇ ਕੋਲ ਵਾਕਫ ਸੀ ਬੰਦਾ
ਮਕੈਨਿਕ ਬਹੁਤ ਅੱਛਾ ਮਕੈਨਿਕ ਹੈ ਵੈਸੇ ਭੋਲਾ ਭੋਲਾ ਉਹਨੂੰ ਕਹਿੰਦੇ ਰਾਣੀ ਕੇ ਉੱਥੇ ਤਰਨ ਤਾਰਨ ਰੋਡ 'ਤੇ ਤਰਨ ਤਾਰਨ ਤਰਨ ਤਾਰਨ ਰਾਮ ਤੀਰਥ ਰੋਡ ਰਾਮ ਤੀਰਥ ਰੋਡ ਦੇ ਨਾਲ ਹੀ ਉੱਥੇ ਪੈਟਰੋਲ ਪੰਪ ਹੈ ਉੱਥੇ ਉਹਦਾ ਛੋਟੀ ਜਿਹੀ ਵਰਕਸ਼ਾਪ ਹੈ ਮੈਂ ਕਿਹਾ ਭੋਲੇ ਇਹਦਾ ਗੱਡੀ ਬਣਾਉਣੀ ਕਹਿੰਦੇ ਜੀ ਬਣਾ ਦਿਆਂਗੇ ਫਿਰ ਉਹਨਾਂ ਨੂੰ ਮੈਂ ਦੱਸਦਾ ਰਿਹਾ ਉਹ ਵਰਕਸ਼ਾਪ 'ਚ ਆਪਣੀ ਬਣਾਉਂਦਾ ਰਿਹਾ ਜੋ ਸਮਾਨ ਲਿਆਉਣਾ ਸੀ ਇਕੱਠੇ ਲਿਆਉਂਦੇ ਸੀ ਸਭ ਕੁਝ ਤਿੰਨ ਚਾਰ ਮਹੀਨੇ ਲੱਗ ਗਏ ਉਸ ਬਣਾਉਣ ਲੱਗੇ ਕਿਉਂਕਿ ਉਹਨੇ ਆਪਣਾ ਕੰਮ ਕਰਨਾ ਹੁੰਦਾ ਸੀ ਜਦੋਂ ਸ਼ਾਮ ਨੂੰ ਜਾਂ ਸਵੇਰ ਨੂੰ ਇਹਦੇ ਵਾਸਤੇ ਲੱਗੇ ਰਹਿੰਦੇ ਨਹੀਂ ਤਾਂ ਅਦਰਵਾਈਜ਼ 15-20 ਦਿਨ 'ਚ ਬਣ ਜਾਂਦੀ ਹੈ ਜੇ ਕੋਈ ਬਣਾਉਣੀ ਚਾਹੇ ਅਤੇ ਮੈਨੂੰ ਇਸ ਅੰਕਲ ਜੀ ਜਿਹੜੀ ਤੁਸੀਂ ਗੱਡੀ ਤਿਆਰ ਕੀਤੀ ਹੈ ਰੋਇਲ ਰੋਕਸ ਜਿਹੜਾ ਨਾਂ ਰੱਖਿਆ ਗਿਆ ਵਾ ਇਹਦੀ ਤੁਸੀਂ ਡਰਾਇੰਗ ਦਿੱਤੀ ਸੀ ਮਕੈਨਿਕ ਨੂੰ ਅਤੇ ਕਿਸ ਤਰ੍ਹਾਂ ਤਿਆਰ ਕੀਤੀ ਤੁਹਾਡਾ ਦੱਸੋ ਦੱਸਣਾ ਜ਼ਰੂਰ ਸਾਂਝਾ ਕਰ ਦਿਓ ਇਹ ਜਿਹੜੀ ਸ਼ੀਟ ਲਾਈ ਗਈ ਆ ਜਿਹੜੀ ਚਾਦਰ ਲਗਾਈ ਗਈ ਆ ਇਹ ਕਿਸ ਚੀਜ਼ ਦੀ ਚਾਦਰ ਤਿਆਰ ਕੀਤੀ ਗਈ ਆ ਇਹਨੂੰ ਜਿਹੜਾ ਪੇਂਟ ਵੀ ਕੀਤਾ ਗਿਆ ਕਿੰਨਾ ਕੁ ਸਮਾਂ ਲੱਗ ਗਿਆ ਇਸ ਚੀਜ਼ ਨੂੰ ਅਤੇ ਜਿਹੜੀ ਤੁਸੀਂ ਡਰਾਇੰਗ ਦਿੱਤੀ ਸੀ ਕਿੱਥੋਂ ਤੁਸੀਂ ਵੇਖ ਕੇ ਕਿਉਂ ਅਸੀਂ ਦੇਖਦੇ ਵੀ ਜ਼ਿਆਦਾਤਰ ਇਹੋ ਜਿਹੀ ਗੱਡੀਆਂ ਜ਼ਿਆਦਾਤਰ ਅੰਗਰੇਜ਼ਾਂ ਦੇ ਸਮੇਂ 'ਚ ਹੁੰਦੀਆਂ ਸੀ ਪੁਰਾਣੇ ਜ਼ਮਾਨੇ 'ਚ ਚੱਲਦੀਆਂ ਸੀ ਅੱਜ ਕੱਲ੍ਹ ਵੇਖੋ ਨਹੀਂ ਮਿਲਦੀਆਂ ਇਹਨਾਂ ਦੀ ਇਹ ਗੱਡੀ 1927 ਦੀ ਇੱਕ ਆਸਟਿਨ ਗੱਡੀ ਹੈ ਉਹ ਪੇਪਰ 'ਚ ਆਈ ਸੀ ਟ੍ਰਿਬਿਊਨ 'ਚ ਫੋਟੋ ਮੈਂ ਬੜਾ ਹੈਰਾਨ ਹੋਇਆ ਕਿ ਮੇਰੀ ਗੱਡੀ ਦੀ ਫੋਟੋ ਕਿਸ ਤਰ੍ਹਾਂ ਆ ਗਈ ਬਿਲਕੁਲ ਪਰ ਮੈਂ ਤਾਂ ਦੇਖ ਕੇ ਨਹੀਂ ਉਸ ਬਣਵਾਈ ਸੀ ਲੇਕਿਨ ਬਾਈ ਚਾਂਸ ਛੱਤ ਉਹ ਛੱਤ ਤੋਂ ਬਗੈਰ ਸੀ ਇਹ ਛੱਤ ਦੇ ਨਾਲ ਅਦਰਵਾਈਜ਼ ਬਿਲਕੁਲ ਡਿਟੋ ਇਸ ਤਰ੍ਹਾਂ ਦੀ ਸੀ ਉਹ ਪੈਟਰੋਲ ਨਾਲ ਚੱਲਦੀ ਸੀ ਇਹ ਇਲੈਕਟ੍ਰਿਕ ਕਾਰ ਹੈ ਜਿਹੜੀ ਕਿ ਆਉਣ ਵਾਲੇ ਟਾਈਮ 'ਚ ਅੱਜ ਤੋਂ 5 ਸਾਲ ਬਾਅਦ ਕਿਸੇ ਗੱਡੀ 'ਚ ਜਿਹੜੀ ਹੈ ਪੈਟਰੋਲ ਔਰ ਡੀਜ਼ਲ ਦਾ ਇੰਜਨ ਨਹੀਂ ਰਹੇਗਾ ਲਿਥੀਅਮ ਬੈਟਰੀਜ਼ ਆ ਜਾਣਗੀਆਂ ਲਿਥੀਅਮ ਬੈਟਰੀ 500,000 ਕਿਲੋਮੀਟਰ ਡਿਸਟੈਂਸ ਕਵਰ ਕਰ ਜਾਂਦੀ ਹੈ ਇੱਕ ਚਾਰਜ 'ਚ ਔਰ ਚਾਰਜ ਵੀ ਬੜਾ ਥੋੜ੍ਹਾ ਟਾਈਮ ਲੱਗਦਾ ਉਸਦਾ ਚਾਰਜ ਕਰਨ ਜਿੱਦਾਂ ਚਾਈਨਾ 'ਚ ਹੈ ਜਾਂ ਇਜ਼ਰਾਈਲ 'ਚ ਹੈ ਜਾਂ ਕਈ ਹੋਰ ਮੁਲਕਾਂ 'ਚ ਹੈ ਉਹਨਾਂ ਨੇ ਬਿਲਕੁਲ ਹੀ ਕਨਵਰਟ ਕਰਤਾ ਸਾਰਾ ਨਾ ਪੈਟਰੋਲ ਨਾ ਡੀਜ਼ਲ ਬਿਲਕੁਲ ਯੂਜ਼ ਹੀ ਨਹੀਂ ਕਰਦੇ ਉਹ ਲਿਥੀਅਮ ਬੈਟਰੀ ਇਲੈਕਟ੍ਰਿਕ ਕਾਰਾਂ ਹੀ ਚਲਾਉਂਦੇ ਆ ਈਵਨ ਬੱਸਿਸ ਚਲਾਉਂਦੇ ਆ ਹਿਮਾਚਲ ਪ੍ਰਦੇਸ਼ ਵਾਲਿਆਂ ਨੇ ਵੀ ਇਲੈਕਟ੍ਰਿਕ ਬੱਸਿਸ ਔਡਰ ਕੀਤਾ ਹੋਇਆ ਉਹ ਵੀ ਉੱਥੇ ਚੱਲਣਗੀਆਂ ਅਤੇ ਮੈਨੂੰ ਇਸ ਅੰਕਲ ਜੀ ਜਿਹੜੀ ਤੁਸੀਂ ਗੱਡੀ ਤਿਆਰ ਕੀਤੀ ਆ ਇਹਦੇ ਵਿੱਚ ਕਿੰਨੀਆਂ ਬੈਟਰੀਆਂ ਪੈਂਦੀਆਂ ਨੇ ਅਤੇ ਕਿੰਨੀ ਕੁ ਦੀ ਐਵਰੇਜ ਹੈ ਕੋਈ ਜੋ ਚਾਰਜ ਕਰਦੇ ਹੋ ਕਿੰਨਾ ਸਮਾਂ ਲੱਗਦਾ ਚਾਰਜ ਕਰਨ ਵਿੱਚ 4 ਬੈਟਰੀਆਂ ਪੈਂਦੀਆਂ 12 ਵੋਲਟ ਦੀਆਂ ਇੱਕ 40 ਵੋਲਟ ਦੀਆਂ ਇੰਨੀ ਉਹ ਈ ਰਿਕਸ਼ਾ 'ਚ ਪੈਂਦੀਆਂ ਇਸ ਤਰ੍ਹਾਂ ਹੀ ਅਤੇ 80-90 ਕਿਲੋਮੀਟਰ ਕਰ ਦਿੰਦੀ ਹੈ ਲੇਕਿਨ ਜਦੋਂ 30-40 ਕਿਲੋਮੀਟਰ ਕਰ ਦਿੰਦੀ ਹੈ ਫਿਰ ਇਹਦੀ ਸਪੀਡ ਘੱਟ ਜਾਂਦੀ ਹੈ ਅਤੇ ਸਪੀਡ ਦੀ ਮੈਨੂੰ ਕੋਈ ਲੋੜ ਨਹੀਂ ਜ਼ਿਆਦਾ ਸ਼ਹਿਰ 'ਚ ਜਾਣਾ ਹੁੰਦਾ ਜਿਸ ਤਰ੍ਹਾਂ ਸਕੂਟਰ 'ਤੇ ਨਾ ਗਏ ਅਤੇ ਏ ਸੀ 'ਚ ਰਹਿ ਗਏ ਅਤੇ ਕੋਈ ਪ੍ਰੋਬਲਮ ਨਹੀਂ ਹੈ ਇਹਦੀ ਅਤੇ ਮੈਨੂੰ ਦੱਸੋ ਅੰਕਲ ਜੀ ਜਦੋਂ ਤੁਸੀਂ ਆਂਟੀ ਜੀ ਨੂੰ ਬਾਜ਼ਾਰ ਲੈ ਕੇ ਜਾਂਦੇ ਹੋ ਅਸੀਂ ਦੇਖਿਆ ਵੀ ਅੱਜ ਵੀ ਤੁਹਾਡਾ ਜਿਹੜਾ ਪਿਆਰ ਆ ਪਰਮਾਤਮਾ ਕੋਲ ਅਰਦਾਸ ਕਰਦੇ ਹਾਂ ਵੀ 9 ਸਾਲ ਵਿਆਹ ਨੂੰ ਹੋ ਗਏ ਨੇ ਅੱਜ ਵੀ ਤੁਹਾਡਾ ਪਿਆਰ ਉਸੇ ਤਰ੍ਹਾਂ ਬਰਕਰਾਰ ਆ ਅਤੇ ਮੈਨੂੰ ਦੱਸੋ ਜਦੋਂ ਤੁਸੀਂ ਬਾਜ਼ਾਰ ਲੈ ਕੇ ਜਾਂਦੇ ਹੋ ਆਂਟੀ ਜੀ ਨਾਲ ਜਦੋਂ ਆਂਟੀ ਜੀ ਨਾਲ ਬੈਠੇ ਅਸੀਂ ਦੇਖਿਆ ਤੁਸੀਂ ਸੀਟ ਖੋਲ੍ਹ ਕੇ ਬਾਰੀ ਖੋਲ੍ਹ ਕੇ ਉਹਨੂੰ ਬਿਠਾਇਆ ਜਿਵੇਂ ਪੁਰਾਣੇ ਫਿਲਮਾਂ 'ਚ ਹੀਰੋ ਹੀਰੋਇਨ ਨੂੰ ਬਿਠਾਉਂਦੇ ਸੀ ਉਸੇ ਤਰ੍ਹਾਂ ਤੁਸੀਂ ਬਿਠਾਇਆ ਅਤੇ ਮੈਨੂੰ ਦੱਸੋ ਜਦੋਂ ਨਾਲ ਤੁਹਾਡੀ ਸੀਟ 'ਤੇ ਬਹਿੰਦੇ ਨੇ ਜਦੋਂ ਬਾਜ਼ਾਰ ਲੰਘਦੇ ਫਿਰ ਲੋਕ ਕਿੰਨਾ ਖਿੱਚ ਦਾ ਕੇਂਦਰ ਹੁੰਦਾ ਲੋਕ ਕਿੰਨੀਆਂ ਕੁ ਤੁਹਾਡੇ ਵੱਲ ਮੁੜ ਮੁੜ ਕੇ ਬਹਿੰਦੇ ਨੇ ਕਿੰਨੇ ਕੁ ਫੋਟੋ ਲਾਉਂਦੇ ਨੇ ਲੋਕ ਜਦੋਂ ਇਹ ਨਾਲ ਮੇਰੇ ਬੈਠਦੀ ਹੈ ਤਾਂ ਬਹੁਤ ਜ਼ਿਆਦਾ ਖੁਸ਼ ਹੁੰਦੇ ਲੋਕ ਕਿਉਂਕਿ ਉਹ ਸੋਚਦੇ ਆ ਕਿ ਦੋਨੋਂ ਐਲਡਰਲੀ ਬੰਦੇ ਹੈ ਔਰ ਦੇਖੋ ਇੰਜੋਏ ਕਰਦੇ ਆ ਗੱਡੀ 'ਚ ਬੈਠ ਕੇ ਹੈ ਔਰ ਸ਼ੋਪਿੰਗ ਵੀ ਬੈਠੇ ਬੈਠੇ ਕਰਦੇ ਹਾਂ ਅਸੀਂ ਹਾਂਜੀ ਤੁਸੀਂ ਦੇਖਿਆ ਬਿਲਕੁਲ ਸਵੇਰੇ ਦੇਖਿਆ ਹੋਏਗਾ ਨੋਰਮਲੀ ਉਤਰਦੀ ਨਹੀਂ ਮੈਂ ਕਿਹਾ ਉਤਰਨ ਦੀ ਲੋੜ ਨਹੀਂ ਬਿਲਕੁਲ ਨਾ ਰੇਹੜੀ ਦੇ ਇਹ ਦੁਕਾਨ ਦੇ ਅੱਗੇ ਕਰਕੇ ਗੱਡੀ ਖੜੀ ਕਰ ਦਿੰਦਾ ਪੁੱਛ ਕੇ ਫਿਰ ਉਹ ਦਿਖਾ ਦਿੰਦੇ ਬਾਹਰ ਲਿਆ ਕੇ ਸਮਾਨ ਦਿਖਾ ਦਿੰਦੇ ਆਹ ਲਓ ਜੀ ਆਹ ਲਓ ਅਤੇ ਤਕਰੀਬਨ ਹਰ ਜਿਹੜਾ ਹੈ ਨਾ ਸ਼ੋਪਕੀਪਰ ਜਾਂ ਰੇਹੜੀ ਵਾਲਾ ਉਹਨੂੰ ਮੈਂ ਕਹਿੰਦਾ ਉਹ ਕਹਿੰਦਾ ਜੀ ਅੰਬ ਮੈਂ ਕਿਹਾ ਅੰਬ ਕਿਸ ਤਰ੍ਹਾਂ ਕਹਿੰਦਾ ਜੀ 80 ਰੁਪਏ ਮੈਂ ਕਿਹਾ 80 ਰੁਪਏ ਤੂੰ 100 ਰੁਪਏ ਲਿਆ ਕਰ ਜਿਹੜੇ ਵੱਡੀ ਵੱਡੀਆਂ ਗੱਡੀਆਂ ਮੈਂ ਤਾਂ ਦੇਖ ਛੋਟੀ ਜਿਹੀ ਗੱਡੀ ਹੈ ਹੈਂ ਆਹ ਬਣਾਈ ਹੈ ਮੇਰੇ ਕੋਲ ਤਾਂ ਇੰਨੇ ਪੈਸੇ ਹੁੰਦੇ ਨਹੀਂ ਕਹਿੰਦੇ ਜੀ ਫਿਰ ਤੁਸੀਂ ਜੋ ਮਰਜ਼ੀ ਦੇ ਦਿਓ 70 ਰੁਪਏ ਵੀ ਦੇ ਦਿੰਦੇ ਕੋਈ 60 ਵੀ ਦੇ ਦਿੰਦੇ ਆ ਪਰ ਮੈਂ ਜ਼ਿਆਦਾ ਨਹੀਂ ਕਰਦਾ ਉਹਦੇ ਨਾਲ ਥੋੜ੍ਹਾ ਜਿਹਾ ਘਟਾ ਲੈਂਦਾ ਅਤੇ ਮੈਨੂੰ ਦੱਸੋ ਕਿ ਜਦੋਂ ਕਿਤੇ ਅਸੀਂ ਦੇਖਿਆ ਵੀ ਆਮ ਅੰਮ੍ਰਿਤਸਰ ਦੀ ਗਲੀਆਂ ਦੀ ਗੱਲ ਕਰੀਏ ਜਾਂ ਬਾਜ਼ਾਰਾਂ ਦੀ ਗੱਲ ਕਰ ਦਈਏ ਪੁਲਿਸ ਹਮੇਸ਼ਾ ਨਾਕੇ ਲੱਗੇ ਹੁੰਦੇ ਪੁਲਿਸ ਦੇ ਕਦੀ ਤੁਹਾਨੂੰ ਪੁਲਿਸਾਂ ਨੇ ਖਿਲਾਰਿਆ ਨਹੀਂ ਕਿਉਂ ਤਾਂ ਅਸੀਂ ਦੇਖਿਆ ਤੁਹਾਡਾ ਅੱਗੇ ਪਿੱਛੇ ਨੰਬਰ ਨਹੀਂ ਹੈਗਾ ਕਦੀ ਪੁਲਿਸ ਨੇ ਖਿਲਾਰ ਕੇ ਕੁਛ ਕਹਿੰਦੇ ਤੁਹਾਨੂੰ ਕੋਈ ਪੁਲਿਸ ਵਾਲੇ ਕੋਈ ਨਹੀਂ ਕੁਛ ਕਹਿੰਦੇ ਮੈਂ ਉਹਨਾਂ ਨੂੰ ਕਹਿੰਦਾ ਵੀ ਮੇਰਾ ਨੰਬਰ ਤਾਂ ਹੈ ਨਹੀਂ ਚਲਾਨ ਕਰਨਾ ਕਰ ਦਿਓ ਕਿਉਂਕਿ ਮੈਂ ਤਾਂ ਕਦੀ ਗੱਡੀ ਚਲਾਨ ਤੋਂ ਬਗੈਰ ਚਲਾਈ ਹੈ ਅੱਜ ਤੱਕ ਇਹ ਚਲਾਨ ਕਰਕੇ ਨੰਬਰ ਨਹੀਂ ਹੈ ਮੈਂ ਚਲਾਨ ਭਰਨਾ ਨਹੀਂ ਹੈ ਮੈਂ ਜੇਲ੍ਹ ਚਲ ਜਾਵਾਂਗਾ
दो तीन महीने मैं जेल च रहा मैं एक्सपीरियंस हो जाएगा मेरा दिल करता भी देखा जेल च किस तरह पुलिस वाले सलूट मारते हैं जनाब साडी की हिम्मत है असि चलान नहीं करना असि तो सिर्फ सेल्फी लेनी है गड्डी दस दिना उन्होंने खुश हो जाते हैं एक ਤੇ ਮੇਰੇ ਇਸ ਗੱਲ ਦੀ ਪੈਸਿਆਂ ਦੀ ਗੱਲ ਕਰੀਏ ਕਿੰਨੇ ਕੁ ਪੈਸਿਆਂ 'ਚ ਗੱਡੀ ਤਿਆਰ ਹੋ ਗਈ ਸੀ ਅਤੇ ਜੇ ਗੱਲ ਕਰੀਏ ਅੰਮ੍ਰਿਤਸਰ ਦੀ ਅੰਮ੍ਰਿਤਸਰ 'ਚ ਤੁਹਾਡੇ ਕੋਲ ਇਕੱਲੀ ਗੱਡੀ ਤੁਸੀਂ ਤਿਆਰ ਕੀਤੀ ਜਾਂ ਹੋਰ ਇਸ ਤਰ੍ਹਾਂ ਦੀ ਗੱਡੀਆਂ ਹੈਗੀਆਂ ਨੇ ਨਹੀਂ ਹੋਰ ਕੋਈ ਗੱਡੀ ਇਸ ਤਰ੍ਹਾਂ ਦੀ ਨਹੀਂ ਹੈ ਹੋਰ ਬਣਾਈਆਂ ਉਸਨੇ ਚਾਰ ਪੰਜ ਗੱਡੀਆਂ ਲੇਕਿਨ ਉਹ ਹੋਰ ਛੋਟੇ ਵੀਲ ਦੀਆਂ ਸੱਤ ਮਿਲ ਤੁਸੀਂ ਬਣਾਈਆਂ ਹਾਂ ਚਾਰ ਪੰਜ ਉਹਨੇ ਬਣਾਈਆਂ ਹੋਰ ਕਿੰਨੇ ਪੈਸੇ ਲੱਗੇ ਇੱਥੇ ਇਸ 'ਤੇ ਪੌਣੇ ਕੁ 2 ਲੱਖ ਰੁਪਏ ਲੱਗ ਗਿਆ ਪੌਣੇ 2 ਲੱਖ ਵੈਸੇ 1.5 ਲੱਖ 'ਚ ਬਣ ਜਾਂਦੀ ਹੈ ਉਹ ਕਿਉਂਕਿ ਪਹਿਲਾ ਐਕਸਪੀਰੀਅੰਸ ਸੀ ਮੈਂ ਪੈਸੇ ਦਾ ਕੋਈ ਆਡਿਟ ਨਹੀਂ ਕੀਤਾ ਉਸਨੂੰ ਜੋ ਚੀਜ਼ ਲਿਆਉਣੀ ਸੀ ਲਿਆਉਂਦਾ ਸੀ ਮੇਨਟੇਨੈਂਸ ਇਹਦੀ 0-5 ਸਾਲ ਹੋ ਗਏ ਇਹਦਾ ਕੋਈ ਮੇਨਟੇਨੈਂਸ ਨਹੀਂ ਹੈ ਕਿਉਂਕਿ ਇਹਦੇ 20 ਜਿਹੜੇ ਨਾ ਮੂਵਿੰਗ ਆਈਟਮਸ ਹੈ 20 ਮੂਵਿੰਗ ਪਾਰਟਸ ਹੈ ਫਿਰ ਜਿਹੜੀਆਂ ਦੂਸਰੀਆਂ ਗੱਡੀਆਂ ਇਹਨਾਂ ਦੇ 2000 ਮੂਵਿੰਗ ਪਾਰਟਸ ਹੈ ਉਹਨਾਂ 'ਚ ਇੰਜਨ ਆ ਇੰਜਨ ਦਾ ਕਈ ਕੁਛ ਗੜਬੜ ਹੋ ਜਾਂਦੀ ਇਹਦੀ ਕੋਈ ਗੜਬੜ ਵਾਲੀ ਕੋਈ ਗੱਲ ਹੀ ਨਹੀਂ ਹੈ ਬੈਟਰੀ ਦੀ ਤਾਰਾਂ ਹੈ ਉਹਦੇ ਨਾਲ ਇਹ ਤੇ ਗੱਲ ਕਰੀਏ ਅੰਕਲ ਜੀ ਜਦੋਂ ਕਿਤੇ ਗੱਡੀ ਤੁਸੀਂ ਤਿਆਰ ਕਰਾਈ ਸੀ ਬੱਚਿਆਂ ਵੱਲੋਂ ਕੀ ਕਿੰਨਾ ਕੁ ਤੁਹਾਡੇ ਕੋਲ ਕਿਹਾ ਗਿਆ ਬੱਚਿਆਂ ਦਾ ਕੀ ਕਹਿਣਾ ਸੀ ਜਦੋਂ ਤੁਸੀਂ ਵੱਖਰੀ ਤਰ੍ਹਾਂ ਦੀ ਗੱਡੀ ਤਿਆਰ ਕਰਾ ਕੇ ਬੱਚਿਆਂ ਦੇ ਘਰ ਲੈ ਕੇ ਜਾਂ ਬੱਚੇ ਤੁਸੀਂ ਵੇਖਣ ਵਾਸਤੇ ਆਏ ਉਹਨਾਂ ਦਾ ਕੀ ਕਹਿਣਾ ਸੀ ਬੜੇ ਖੁਸ਼ ਹੁੰਦੇ ਬੜੇ ਖੁਸ਼ ਹੁੰਦੇ ਮੈਂ ਨੋਵਲਟੀ ਚੌਂਕ ਜਿਹੜੇ ਬੱਚੇ ਪੈਨਸਲ ਵੇਚਦੇ ਆ ਉਹ ਕਰਦੇ ਕਈ ਦਫ਼ਾ ਉਹਨਾਂ ਨੂੰ ਸਾਰਿਆਂ ਨੂੰ ਬਿਠਾ ਲੈਂਦਾ ਇੱਥੇ ਬਿਠਾ ਲਾ ਦੋ ਤਿੰਨ ਇੱਥੇ ਬਿਠਾ ਲਾ ਉਹ ਥੋੜ੍ਹੀ ਦੂਰ ਜਾ ਕੇ ਛੱਡ ਦਿੰਦੇ ਬੜੇ ਖੁਸ਼ ਹੁੰਦੇ ਕੋਈ ਫੋਟੋ ਵੀ ਲਿੱਤੀਆਂ ਕਈ ਵਾਰ ਮੈਨੂੰ ਅੱਛਾ ਲੱਗਦਾ ਲੋਕਾਂ ਨੂੰ ਅਤੇ ਅੰਕਲ ਜੀ ਮੈਨੂੰ ਸੋ ਤੁਸੀਂ ਇੱਕ ਵਾਕਿਆ ਸਾਡੇ ਨਾਲ ਸਾਂਝਾ ਕੀਤਾ ਸੀ ਵੀ ਜਦੋਂ ਤੁਹਾਡੀ ਬੇਟੀ ਨੇ ਆਡੀ ਗੱਡੀ ਲਈ ਸੀ ਸਾਡੇ ਦਰਸ਼ਕਾਂ 'ਚ ਵੀ ਸਾਂਝਾ ਕਰਦੇ ਹੋ ਉਹ ਕੀ ਵਾਕਿਆ ਵਾ ਕਿਉਂਕਿ ਥੋੜ੍ਹਾ ਉਹਨਾਂ ਨੂੰ ਪਤਾ ਲੱਗੇ ਕੀ ਸੀ ਗੱਲਬਾਤ ਹੋਈ ਸਾਰੀ ਇਹ ਉਹ ਰਾਨੀ ਕੇ ਬਾਗ ਮੇਰੀ ਲੜਕੀ ਆਪਣੀ ਲੜਕੀ ਨੂੰ ਨਾ ਟਿਊਸ਼ਨ ਵਾਸਤੇ ਲੈ ਕੇ ਜਾਇਆ ਕਰਦੀ ਸੀ ਹਾਂਜੀ ਅਤੇ ਮੈਂ ਵੀ ਉੱਥੇ ਕਿਤੇ ਕਦੀ ਕਦੀ ਸੈਰ ਕਰਨ ਚਲ ਜਾਂਦਾ ਸੀ ਰਾਨੀ ਕੇ ਬਾਗ ਹੁਣ ਮੇਰੀ ਗੱਡੀ ਦੇਖ ਕੇ ਉਹ ਆ ਗਈ ਉਹਨਾਂ ਕਿਹੜੀ ਗੱਡੀ ਸੀ ਉਹਦੇ ਕੋਲ ਓਡੀ ਸੀ ਉਹ 40 ਲੱਖ ਦੀ ਗੱਡੀ ਸੀ ਲੈ ਕੇ ਹੀ ਆਏ ਸੀ ਮੈਂ ਵੀ ਗਿਆ ਸੀ ਲੁਧਿਆਣਾ ਹੀ ਮਿਲਦੀ ਅੱਛਾ ਹੋਰ ਕਿਤੇ ਨਹੀਂ ਅਤੇ ਔਰ ਵਾਈਟ ਸੀ ਬਹੁਤ ਵੱਡੀ ਗੱਡੀ ਇਹਦਾ ਖੜੀ ਕਰ ਦਿੱਤੀ ਮੈਂ ਵੀ ਖੜੀ ਕਰਤੀ ਨਾਲ ਮੇਰੀ ਗੱਡੀ ਨੂੰ ਦੇਖਦਾ ਆ ਸਾਰੇ ਮੁੜ ਮੁੜ ਕੇ ਦੇਖਦੇ ਸੀ ਆ ਕੇ ਚਲੇ ਜਾਂਦੇ ਸੀ ਫਿਰ ਵਾਪਸ ਆਉਂਦੇ ਸੀ ਇਹ ਜੀ ਇਹ ਕੀ ਚੀਜ਼ ਹੈ ਮੈਂ ਕਿਹਾ ਜੀ ਆਹ ਗੱਡੀ ਦੇਖੋ ਕਿੰਨੀ ਵਧੀਆ ਕਹਿੰਦੇ ਜੀ ਇਸ ਤਰ੍ਹਾਂ ਦੇ ਬਹੁਤ ਗੱਡੀਆਂ ਘੁੰਮਦੀਆਂ ਇੱਥੇ ਕੋਈ ਨਹੀਂ ਦੇਖਦਾ ਇਹ ਗੱਡੀ ਤਾਂ ਦੱਸੋ ਤੁਸੀਂ ਮੈਂ ਦੱਸਦਾ ਸੀ ਵੀ ਇਸ ਤਰ੍ਹਾਂ ਬਣਾਈ ਹੈ ਸਾਰਾ ਕੁਝ ਦੱਸ ਦਿੰਦਾ ਸੀ ਲੋਕ ਖੁਸ਼ ਹੋ ਜਾਂਦੇ ਸੀ ਕਈਆਂ ਨੂੰ ਮੈਂ ਇੱਕ ਵਾਰ ਇਸ ਤਰ੍ਹਾਂ ਹੋਇਆ ਕੰਪਨੀ ਪਾਰਕ 'ਚ ਮੈਂ ਗੱਡੀ ਖੜੀ ਕੀਤੀ ਮੇਰਾ ਇੱਕ ਅਜ਼ੀਜ਼ ਵਕੀਲ ਹੈ ਪਲੈਟੋ ਹਾਂਜੀ ਉਹਨੂੰ ਮੈਂ ਫੋਨ ਕੀਤਾ ਮੈਨੂੰ ਸੁਣਦਾ ਥੋੜ੍ਹਾ ਘੱਟ ਹੈ ਅਤੇ ਗੱਲ ਹੋਈ ਨਹੀਂ ਮੈਂ ਜਦੋਂ ਆਇਆ ਤਾਂ ਗੱਡੀ ਮੇਰੀ ਇੱਥੇ ਹੈ ਹੀ ਨਹੀਂ ਵਕੀਲ ਸਾਹਿਬ ਲੈ ਗਏ ਅੱਛਾ ਵਕੀਲ ਸਾਹਿਬ ਲੈ ਗਏ ਕੋਈ ਗੱਲ ਨਹੀਂ ਮੈਂ ਸਮਝ ਗਿਆ ਪਲੈਟੋ ਲੈ ਗਿਆ ਕੋਈ ਚਾਬੀ ਵੀ ਲੱਗ ਜਾਂਦੀ ਹੈ ਉਹ ਫਿਰ ਜਦੋਂ ਮੈਂ ਪੈਦਲ ਚੱਲਿਆ ਦੇਖਾਂਗੇ ਵੀ ਕਿਹੜੀ ਕਲੱਬ 'ਚ ਗਿਆ ਹੋਏਗਾ ਉੱਥੇ ਉੱਧਰੋਂ ਆ ਰਿਹਾ ਸੀ ਕੋਈ ਮੈਜਿਸਟਰੇਟ ਨਾਲ ਬੈਠੇ ਹੋਏ ਸੀ ਉਹਨਾਂ ਦੇ ਹਾਂਜੀ ਕਹਿੰਦੇ ਅੰਕਲ ਅਸੀਂ ਗੱਡੀ ਲੈ ਗਏ ਮੈਂ ਕਿਹਾ ਕੋਈ ਗੱਲ ਨਹੀਂ ਫਿਰ ਕੀ ਹੋਇਆ ਮੈਂ ਕਿਹਾ ਮੈਨੂੰ ਪਤਾ ਲੱਗ ਗਿਆ ਸੀ ਤੂੰ ਹੀ ਲੈ ਕੇ ਆਇਆ ਉਹਨਾਂ ਨੇ ਆਪਣੀ ਮਦਰ ਉੱਥੇ ਬਿਠਾਈ ਹੋਈ ਸੀ ਅਤੇ ਬੜਾ ਖੁਸ਼ ਹੋ ਗਿਆ ਜਿਹੜਾ ਅਫਸਰ ਸੀ ਅਤੇ ਮੈਨੂੰ ਇਸ ਅੰਕਲ ਜੀ ਫਿਰ ਕਿੰਨਾ ਕੁ ਮਨ ਨੂੰ ਚੰਗਾ ਲੱਗਦਾ ਆਪ ਜਦੋਂ ਲੋਕ 40-40 ਲੱਖ ਦੀਆਂ ਆਡੀਆਂ ਨੂੰ ਛੱਡ ਕੇ ਤੁਹਾਡੀ ਗੱਡੀ ਲਾ ਕੇ ਫੋਟੋਆਂ ਲਾਉਂਦੇ ਆ ਅਤੇ ਸੈਲਫੀ ਲਵਾਉਂਦੇ ਨੇ ਅਤੇ ਨਾਲ ਕਹਿੰਦੇ ਨੇ ਵੀ ਇਹੋ ਜਿਹੀਆਂ ਗੱਡੀਆਂ ਤਾਂ ਅਸੀਂ ਬੜੀਆਂ ਵੇਖੀਆਂ ਪਰ ਜਿਹੜੀ ਆਹ ਗੱਡੀ ਅੰਕਲ ਜੀ ਲੈ ਕੇ ਆਏ ਨੇ ਆਹ ਪਹਿਲੀ ਵਾਰੀ ਗੱਡੀ ਵੇਖੀ ਆ ਅਤੇ ਇਹਦੇ ਝੂਟਾ ਵੀ ਜ਼ਰੂਰ ਲੈਣਾ ਅਤੇ ਸੈਲਫੀਆਂ ਵੀ ਲੈਣੀਆਂ ਵਾ ਕਿੰਨੇ ਕੁ ਮਨ ਨੂੰ ਫਿਰ ਚੰਗਾ ਲੱਗਦਾ ਕਿੰਨੀ ਖੁਸ਼ੀ ਹੁੰਦੀ ਕਈ ਬੰਦਿਆਂ ਨੂੰ ਮੈਂ ਕਹਿੰਦੇ ਨਾ ਆਹ ਚਾਬੀ ਲਾ ਦਾ ਚੱਕਰ ਲਾਇਆ ਨਾ ਵੀ ਆਉਂਦੇ ਆ ਆਹ ਰੀਸੈਂਟਲੀ ਇੱਕ ਕੋਈ ਫੂਡ ਇੰਸਪੈਕਟਰ ਸੀ ਖੋਸਲਾ ਉਸਨੇ ਉਹ ਯੰਗ ਸੀ ਉਹਦੀ ਵਾਈਫ ਵੀ ਨਾਲ ਸੀ ਕਹਿੰਦੇ ਜੀ ਪੁੱਛਣ ਲੱਗ ਗਏ ਮੈਂ ਕਿਹਾ ਪੁੱਛਣਾ ਕੀ ਤੁਸੀਂ ਆ ਲਓ ਚਾਬੀ ਚੱਕਰ ਮਾਰ ਕੇ ਆਏ ਦੋਨੇ ਜਣੇ ਬੈਠੇ ਚੱਕਰ ਲਾ ਕੇ ਵਾਪਸ ਆ ਗਏ 5 ਮਿੰਟ 'ਚ ਮੈਂ ਕੋਈ ਦਿੱਕਤ ਆਈ ਕਹਿੰਦੇ ਜੀ ਦਿੱਕਤ ਵਿੱਚ ਹੈ ਹੀ ਕੱਖ ਨਹੀਂ ਅੱਛਾ ਚਲਾਉਣ ਦੀ ਕੋਈ ਪ੍ਰੋਬਲਮ ਹੀ ਨਹੀਂ ਹੈ ਜਿਹੜਾ ਵੀ ਕੋਈ ਬੰਦਾ ਗੱਡੀ ਚਲਾ ਲੈਂਦਾ ਨਹੀਂ ਵੀ ਕਿਸੇ ਨੇ ਚਲਾਈ ਤਾਂ ਵੀ ਉਹ ਇਸ ਨੂੰ ਚਲਾ ਲੈ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਜਿੰਦਾ ਦਿਲ ਦੀ ਮਿਸਾਲ ਹੈ ਅੰਕਲ ਜੀ BM ਸਿੰਘ ਕਿਉਂਕਿ ਦੋਵੇਂ ਜੀ ਪਤੀ ਪਤਨੀ ਨੇ 86 ਸਾਲ ਅੰਕਲ ਦੀ ਉਮਰ ਹੋ ਚੁੱਕੀ ਹੈ ਪਰ ਅੱਜ ਵੀ ਜਵਾਨ ਨੇ ਅੱਜ ਵੀ ਜਿੰਦਾ ਦਿਲ ਦੀ ਮਿਸਾਲ ਹੈ ਅੰਕਲ ਜੀ ਮੈਨੂੰ ਇਹ ਦੱਸੋ ਵੀ ਆਹ ਜਿਹੜਾ ਅਸੀਂ ਦੇਖਿਆ ਵੀ ਹਾਰ ਆ ਜਿਹੜਾ ਹਾਰ ਜਿਹਾ ਲਾਇਆ ਵਾ ਅਸੀਂ ਦੇਖਦੇ ਵੀ ਜ਼ਿਆਦਾਤਰ ਪਿੰਡਾਂ ਵਿੱਚ ਜਾਂ ਸ਼ਹਿਰਾਂ ਵਿੱਚ ਕੁਲਫੀਆਂ ਵਾਲੇ ਹਮੇਸ਼ਾ ਜਦੋਂ ਛੋਟੇ ਹੁੰਦੇ ਸੀ ਕੁਲਫੀਆਂ ਵਾਲੇ ਆਉਂਦੇ ਹੁੰਦੇ ਸੀ
ਤੇ ਜਦੋਂ ਉਹਨਾਂ ਨੇ ਇਸ ਤਰ੍ਹਾਂ ਭੌਂ ਭੂ ਜਾਣਾ ਆ ਤੁਸੀਂ ਦੇਖ ਸਕਦੇ ਹੋ ਵੀ ਇਹ ਵੱਜ ਰਿਹਾ ਜਦੋਂ ਦੇਖਦੇ ਹੋ ਵੀ ਇਹ ਵੱਜ ਰਿਹਾ ਭੌਂ ਭੂ ਜਿਹਾ ਤੇ ਨਾਲੇ ਬੱਚੇ ਨਿਕਲ ਜਾਂਦੇ ਸੀ ਬਾਹਰ ਤੇ ਆ ਕਹਿੰਦੇ ਸੀ ਕੁਲਫੀਆਂ ਵਾਲਾ ਆ ਗਿਆ ਤੁਸੀਂ ਦੇਖ ਸਕਦੇ ਵੀ ਇਹ ਬੜਾ ਵੱਡਾ ਹਰ ਲਾਇਆ ਅੰਕਲ ਜੀ ਅੰਕਲ ਜੀ ਇਹ ਕਿੱਸਾ ਜਹਿਨ 'ਚ ਆ ਗਿਆ ਵੀ ਇਹੋ ਜਿਹਾ ਹਰ ਲਵਾਇਆ ਜਾਵੇ ਨਹੀਂ ਵੈਸੇ ਹੀ ਆ ਗਿਆ ਮੇਰੇ ਮਾਇੰਡ 'ਚ ਵੀ ਇਹ ਪੁਰਾਣੀ ਚੀਜ਼ ਹੈ ਵੀ ਪੁਰਾਣੀ ਚੀਜ਼ ਹੈ ਤੇ ਲਗਾ ਲਓ ਥੋੜ੍ਹਾ ਜਿਹਾ ਚੇਂਜ ਹੋ ਜਾਏਗਾ ਡਿਫਰੈਂਟ ਆਹ ਜਿਹੜੇ ਬੱਚੇ ਜਾਂ ਕਰੋਸਿੰਗ ਦੇ ਉੱਤੇ ਖੜ੍ਹੇ ਹੁੰਦੇ ਨੇ ਮੰਗ ਰਹੇ ਆ ਜਾਂ ਕੋਈ ਵੇਚ ਰਿਹਾ ਉਹ ਵੀ ਇਸ ਨੂੰ ਵਜਾ ਕੇ ਚਲੇ ਜਾਂਦੇ ਉਹ ਹੱਥ ਲਾ ਕੇ ਜ਼ਰੂਰ ਚਲੇ ਜਾਂਦੇ ਬਥੇਰਾ ਮੈਂ ਹੁਣ ਰੋਕਦਾ ਪਰ ਉਹ ਹਟਦੇ ਨਹੀਂ ਮੈਂ ਚੱਲ ਕਰ ਲਾ ਤੂੰ ਬਜਾ ਲਾ ਦੋ ਹਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਅੰਕਲ ਜੀ ਨੇ ਵੱਖਰੇ ਤਰੀਕਿਆਂ ਦੀ ਜਿਹੜੀ ਕਿ ਗੱਡੀ ਤਿਆਰ ਕੀਤੀ ਹੈ ਅੰਕਲ ਜੀ ਸਾਡੇ ਵੀ ਇੱਕ ਦਰਸ਼ਕਾਂ ਨੂੰ ਨਾ ਜਾਂਦੇ ਜਾਂਦੇ ਇੱਕ ਵੀ ਆਹ ਜਿਹੜਾ ਹਾਰ ਆਂਜਾ ਭੌਂ ਭੂ ਜਿਹਾ ਕਦੇ ਵਜਾ ਕੇ ਦਿਖਾ ਦਿਓ ਜਰਾ ਤੁਸੀਂ ਦੇਖ ਸਕਦੇ ਹੋ ਤਸਵੀਰ ਵਿੱਚ ਅੰਕਲ ਜੀ ਅੱਜ ਵੀ ਜਿਹੜੇ ਵਜਾ ਰਹੇ ਨੇ ਜਿੱਦਾਂ ਉਹਨਾਂ ਲਈ ਮਿਸਾਲ ਨੇ ਪਰਮਾਤਮਾ ਨੇ ਬਹੁਤ ਕਿਰਪਾ ਦਿੱਤੀ ਪਰਮਾਤਮਾ ਕੋਲੋਂ ਅਰਦਾਸ ਕਰਦੇ ਹਾਂ ਵੀ ਅੰਕਲ ਜੀ ਅਤੇ ਆਂਟੀ ਦੀ ਉਮਰ ਹੋਰ ਲੰਮੀ ਹੋਵੇ ਅਤੇ ਹਮੇਸ਼ਾ ਇਸੇ ਤਰ੍ਹਾਂ ਇਹਨਾਂ ਦਾ ਜਿਹੜਾ ਕਿ ਪਿਆਰ ਬਰਕਰਾਰ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਜਿਹੜੀ ਗੱਡੀ ਆ ਰੋਇਲ ਓਕਸ ਜਿਹੜੀ ਗੱਡੀ ਆ ਇਹਨਾਂ ਵੱਲੋਂ ਤਿਆਰ ਕੀਤੀ ਗਈ ਆ ਅਤੇ ਖਾਸ ਕਰਕੇ ਕਹਿੰਦੇ ਪਿਆਰ ਦਾ ਕੋਈ ਉਮਰ ਹੁੰਦੀ ਆ ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ ਹਾਂਜੀ ਗੱਲ ਹੋਰ ਦੱਸਦੇ ਆ ਬਿਲਕੁਲ ਜੀ ਮੈਂ 47 ਸਾਲ ਤੋਂ ਬਲੱਡ ਡੋਨੇਟ ਕਰਦਾ 47 ਸਾਲ ਤੋਂ ਵੈਰੀ ਗੁੱਡ ਔਰ 30 ਸਾਲ ਤੋਂ 33 ਸਾਲ ਤੋਂ 2 ਸਾਲ ਵਿੱਚ ਨਹੀਂ ਹੋਇਆ 31 ਸਾਲ ਕਹਿ ਲਓ 1 ਜਨਵਰੀ ਨੂੰ ਮੈਂ ਬਲੱਡ ਡੋਨੇਸ਼ਨ ਕੈਂਪ ਲਗਾਉਣਾ ਰੇਲਵੇ ਸਟੇਸ਼ਨ ਹਸਪੀਟਲ ਹੈਲਥ ਯੂਨਿਟ ਹੈ ਉੱਥੇ 1 ਜਨਵਰੀ ਨੂੰ ਟੂ ਸੈਲੀਬ੍ਰੇਟ ਨਿਊ ਈਅਰ ਔਰ ਲਾਸਟ ਮੈਂ ਬਲੱਡ ਡੋਨੇਸ਼ਨ ਕੀਤਾ ਸੀ 2022 'ਚ ਪਿਛਲੇ ਸਾਲ ਐਟ ਦੀ ਏਜ ਆਫ 85 ਫਾਰ ਦੀ 57th ਟਾਈਮ ਫਾਰ ਦੀ 57th ਟਾਈਮ ਕਿਆ ਬਾਤ ਅਲਾਊਡ ਨਹੀਂ ਹੈ ਮੰਨਦੇ ਨਹੀਂ ਹੈ ਫਿਰ ਮੈਂ ਉਹਨਾਂ ਨੂੰ ਕਹਿੰਦਾ WHO ਦੀ ਅਥਾਰਟੀ ਉਹਨਾਂ ਨੂੰ ਦੱਸਦਾ ਕਿ WHO ਕਹਿੰਦਾ ਕਿ ਦੇਰ ਇਜ਼ ਨੋ ਏਜ ਅਪਰ ਲਿਮਿਟ ਏਜ ਅਪਰ ਲਿਮਿਟ ਫਾਰ ਬਲੱਡ ਡੋਨੇਸ਼ਨ ਸੋ ਲੌਂਗ ਐਸ ਦੀ ਮੈਨ ਔਰ ਦੀ ਪਰਸਨ ਇਜ਼ ਮੈਂਟਲੀ ਐਂਡ ਫਿਜ਼ੀਕਲੀ ਹੈਲਦੀ ਐਂਡ ਡਜ਼ਨਟ ਸਫਰ ਐਨੀ ਸੀਰੀਅਸ ਡਿਜ਼ੀਜ਼ ਜੀ ਮੈਂ ਕਿਹਾ ਮੈਂ ਉਹ ਇਸ ਤਰ੍ਹਾਂ ਕਰਕੇ ਹੈ ਉਹ ਮੈਂ ਕਰਦੇ ਇਸ ਸਾਲ ਨਹੀਂ ਉਹਨਾਂ ਨੇ ਕਰਨ ਦਿੱਤਾ ਮੈਨੂੰ ਬਿਲਕੁਲ ਮੈਂ ਕਿਹਾ ਜੀ ਫਿਰ ਅਗਲੇ ਸਾਲ ਕਰਨ ਕਹਿੰਦਾ ਅਗਲੇ ਸਾਲ ਦੇਖਾਂਗੇ ਇਸ ਸਾਲ ਨਹੀਂ ਕਰਨਾ 85 ਦੀ ਏਜ ਤੁਹਾਨੂੰ ਕੋਈ ਬੰਦਾ ਇੰਡੀਆ 'ਚ ਕੀ ਵਰਲਡ 'ਚ ਵੀ ਕੋਈ ਸ਼ਾਇਦ ਹੋਵੇ ਤਾਂ ਮੈਨੂੰ ਰੈਗੂਲਰ ਇਹ ਨਹੀਂ ਕਿ ਲਾਸਟ ਸਵਾਲ ਜਾਂਦੇ ਨੇ ਸਾਡੇ ਦਰਸ਼ਕਾਂ ਜੀ ਉਹ ਸਾਂਝਾ ਕਰਦੇ ਹੋ ਅਸੀਂ ਦੇਖਦੇ ਵੀ ਜਦੋਂ ਤੁਹਾਡੀ ਉਮਰ ਦੇ ਲੋਕ ਹੋ ਜਾਂਦੇ ਨੇ ਜਿਵੇਂ ਬਜ਼ੁਰਗ ਹੋ ਜਾਂਦੇ ਨੇ 80 ਸਾਲ ਦੀ ਉਮਰ ਅਤੇ ਅਸੀਂ ਦੇਖਦੇ ਵੀ ਉਹ ਹੱਥ ਪੈਰ ਉਹਨਾਂ ਦੇ ਗੋਡੇ ਹੀ ਦਰਦ ਹੋ ਲੱਪਦੇ ਨੇ ਅਤੇ ਆਪਣੇ ਕਿਤੇ ਹਿੰਮਤ ਹਾਰ ਜਾਂਦੇ ਨੇ ਅਤੇ ਕਹਿ ਲੱਪਦੇ ਵੀ ਹੁਣ ਸਾਡੇ ਕੋਲ ਨਹੀਂ ਚੱਲਿਆ ਜਾਂਦਾ ਅਤੇ ਹਮੇਸ਼ਾ ਕਹਿੰਦੇ ਰੱਬਾ ਤੂੰ ਸਾਨੂੰ ਚੱਕ ਲਾ ਅਜਿਹੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕੀ ਉਹਨਾਂ ਨੂੰ ਅਪੀਲ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਅਪੀਲ ਕਰਨਾ ਚਾਹਾਂਗਾ ਅਪ ਟੂ ਦੀ ਲਾਸਟ ਬ੍ਰੈਥ ਜਿਹੜਾ ਹੈ ਨਾ ਬੰਦੇ ਨੂੰ ਪੋਜ਼ਿਟਿਵ ਰਹਿਣਾ ਚਾਹੀਦਾ ਬਿਲਕੁਲ ਉਹ ਐਕਟੀਵਿਟੀਜ਼ ਬਹੁਤ ਸਾਰੇ ਰੱਖਣੇ ਮੇਰੇ ਅਗਰ ਘਰ ਜਾਓਗੇ ਅੰਦਰ 2500 ਕਿਤਾਬਾਂ ਹੈਗੀਆਂ ਹੈ ਜੀ 90% ਜਿਹੜੀਆਂ ਉਹ ਇੰਗਲਿਸ਼ ਦੀਆਂ 10% ਉਰਦੂ ਦੀਆਂ ਹਜੇ ਦੋ ਮੈਨੂੰ ਬਹੁਤ ਜ਼ਬਰਦਸਤ ਸ਼ੌਕ ਹੈ ਦੋ ਜਾਂ ਤਿੰਨ ਇੱਕ ਸੈਰ ਕਰਨ ਦਾ ਮੈਂ ਹਾਫ ਆਫ ਦੀ ਵਰਲਡ ਘੁੰਮੇ ਆਇਆ ਅੱਛਾ ਹੈ ਹਾਂ ਚਾਈਨਾ ਵਗੈਰਾ ਹੋਰ ਯੂਰਪ ਜੀ ਇੱਕ ਮੇਰੀ ਲੜਕੀ ਕੈਨੇਡਾ ਰਹਿੰਦੀ ਹੈ ਉੱਥੇ ਚਲੇ ਗਏ 2.5 ਸਾਲ ਅਸੀਂ ਰਹੇ ਹਾਂ 6-6 ਮਹੀਨੇ ਜਾ ਕੇ ਅਤੇ ਇੱਕ ਮਿਊਜ਼ਿਕ ਦਾ ਬੜਾ ਸ਼ੌਕ ਹੈ ਇੱਕ ਪੜ੍ਹਨ ਦਾ ਔਰ ਲਿਖਣ ਦਾ ਡੇਲੀ ਮੈਂ ਲਿਖਦਾ ਹਿੰਦੁਸਤਾਨ ਟਾਈਮ ਔਰ ਟ੍ਰਿਬਿਊਨ ਨੂੰ ਦੋ ਦਿਨ ਛੱਡ ਕੇ ਸੈਟਰਡੇ ਸੰਡੇ ਛੱਡ ਕੇ ਬਾਕੀ 5 ਦਿਨ ਲਿਖਦਾ ਔਰ ਫਿਰ ਜਦੋਂ ਲੱਗ ਜਾਂਦਾ ਲੱਗ ਜਾਂਦਾ ਮੈਂ ਆਪਣਾ ਸ਼ੌਕ ਪੂਰਾ ਕਰਦਾ ਰਹਿੰਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਅਸੀਂ ਗੱਲਬਾਤ ਕੀਤੀ ਤੁਸੀਂ ਦੇਖਿਆ ਵੀ BM ਸਿੰਘ ਜਿਹੜੇ ਕਿ ਇੱਕ ਜਿੰਦਾ ਦਿਲ ਦੀ ਮਿਸਾਲ ਨੇ ਪਰਮਾਤਮਾ ਕੋਲੋਂ ਅਰਦਾਸ ਕਰਦੇ ਹਾਂ ਵੀ ਦੋਵਾਂ ਜੀਆਂ ਦੀ ਉਮਰ ਜਿਹੜੀ ਕਿ ਪਰਮਾਤਮਾ ਲੰਬੀ ਕਰੇ ਅਤੇ ਇਸੇ ਤਰ੍ਹਾਂ ਇਹਨਾਂ ਦਾ ਜਿਹੜਾ ਕਿ ਪਿਆਰ ਵੀ ਜਿਹੜਾ ਬਰਕਰਾਰ ਰਹੇ ਅੰਕਲ ਜੀ ਨੇ ਕਿਤਾਬ ਵੀ ਲਿਖੀ ਆ ਦਰਸ਼ਕਾਂ ਨੂੰ ਸਾਂਝਾ ਕਰਦੀ ਹੈ 80 ਸਾਲ ਤੋਂ ਬਾਅਦ ਲਿਖੀ ਕਿਤਾਬ ਲਿਖੀ ਹੈ ਹਾਂ ਫੋਰਐਵਰ ਟੂ ਫੈਟ ਐਂਡ ਫਨ ਇਹ ਆਈਡੀਆ ਆਫ ਭਗਤ ਸਿੰਘ ਨਹਿਰੂ ਖੁਸ਼ਵੰਤ ਸਿੰਘ ਬੜੇ ਮਾਡਰਨ ਜਿਹੜੇ ਥੋਟ ਰੱਖਦੇ ਆ ਉਹਨਾਂ ਦੇ ਬੇਸ 'ਤੇ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਇਹ ਸੀ ਗੱਲਬਾਤ ਕੀਤੀ BM ਸਿੰਘ ਦੇ ਨਾਲ ਤੁਸੀਂ ਦੇਖਿਆ 86 ਸਾਲ ਦੀ ਉਮਰ ਹੋ ਚੁੱਕੀ ਹੈ ਗਾਂਧੀ ਦੀ ਪਰ ਅੱਜ ਵੀ ਜਿਹੜੇ ਕਿ ਜਿੰਦਾ ਦਿਲ ਦੀ ਮਿਸਾਲ ਨੇ ਵੱਖਰੇ ਜਿਹੜੇ ਕਿ ਇਹ ਜਿਹੜੀ ਦੋਵੇਂ ਜੋੜੀ ਜਦੋਂ ਇਹ ਗੱਡੀ ਲੈ ਕੇ ਸੜਕਾਂ 'ਤੇ ਨਿਕਲਦੇ ਨੇ ਅਤੇ ਲੋਕ ਬਹੁਤ ਪਿਆਰ ਵੀ ਦਿੰਦੇ ਨੇ ਇੱਥੇ ਪਿੱਛੇ ਮੁੜ ਮੁੜ ਕੇ ਦੇਖਦੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਜਦੋਂ ਇਹ ਜੋੜੀ ਨਿਕਲਦੀ ਆ ਅਤੇ ਲੋਕਾਂ ਦਾ ਹਮੇਸ਼ਾ ਪਿਆਰ ਲੋਕ ਅਸੀਸਾਂ ਦਿੰਦੇ ਨੇ ਵੀ ਯਾਰ
एडी सोहनी जोड़ी जा रही है। परमात्मा इसे तरह जोड़ी जी बरकरार रखे तो हमेशा इसे तरह इन्हों का जरा प्यार बनया रहे। तुम देख रहे हो पंजाबी लोग चैनल, मैनू दियो इजाजत, मैं थोड़ा अपना हरजीत गरेवाल अमृतसर तो।